ਸਤਿ ਸ਼੍ਰੀ ਅਕਾਲ ਲੋਕ ਰਣਾ ਚੈਨਲ ਪੰਜਾਬੀ ਤੇ ਪ੍ਰੋਗਰਾਮ ਖਬਰਾਂ ਟੌਪ ਦੀ ਹੁੰਦੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪ੍ਰਮਿੰਦਰ ਸਿੰਘ ਰਾਇਪੁਰ ਪ੍ਰਮਿੰਦਰ ਜੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਧੰਨਵਾਦ ਤੁਹਾਡਾ ਜੀ ਅ ਦੋਸਤੋ ਸੁਨੀਲ ਜਾਖੜ ਉਹ ਕਹਿੰਦੇ ਕਿ ਵੋਟਾਂ ਤਾਂ ਸਭ ਤੋਂ ਵੱਧ ਮੈਨੂੰ ਪਈਆਂ ਸੀ ਪਰ ਕਈ ਕਾਰਨਾ ਕਰਕੇ ਮੇਰਾ ਨਾਂ ਨਹੀਂ ਸਜਾਇਆ ਗਿਆ ਆਸੀ ਕੇ ਮੈਂ ਹੀ ਮੁੱਖ ਮੰਤਰੀ ਬਣੂੰਗਾ ਕਿਉਂਕਿ ਸਭ ਤੋਂ ਵੱਧ ਵੋਟਾਂ 42 ਵੋਟਾਂ ਐਮਐਲਏ ਦੀਆਂ ਮੈਨੂੰ ਪਈਆਂ ਸੀ ਉਸ ਤੋਂ ਬਾਅਦ ਜੋ-ਜੋ ਵੋਟਾਂ ਉਹਨਾਂ ਨੇ ਗਿਣਾਈਆਂ ਗੱਲਬਾਤ ਕਰਦੇ ਹੋਏ ਕਿ ਇੰਨੀ ਕੁ ਵੋਟਾਂ ਮੈਥੋਂ ਘੱਟ ਵੋਟਾਂ ਦੂਜੇ ਕੈਂਡੀਡੇਟਾਂ ਨੂੰ ਪਈਆਂ ਸੀ ਪਰ ਸੀਐਮ ਚੰਨੀ ਜਿਨ੍ਹਾਂ ਨੂੰ ਦੋ ਵੋਟਾਂ ਮਿਲੀਆਂ ਸੀ ਦੋ ਐਮਐਲਏ ਉਹਨਾਂ ਦੇ ਹੱਕ ਦੇ ਵਿੱਚ ਸੀ ਐਨ ਸਮੇਂ ਦੇ ਮੌਕੇ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਲਗਾਤਾਰ ਬੋਲ ਰਹੇ ਨੇ ਹਾਈ ਕਮਾਂਡ ਨੇ ਕੋਰੋਨਾ ਨੂੰ ਸਟਾਰ ਪ੍ਰਚਾਰਕ ਦੀ ਜੋ ਸੂਚੀ ਹੈ ਕਾਂਗਰਸ ਦੀ ਉਹਦੇ ਚੋਂ ਬਾਹਰ ਕਰ ਦਿੱਤਾ ਪਹਿਲਾਂ ਹੈ ਸੀ ਉਹ ਹੁਣ ਸੀਐਮ ਚੰਨੀ ਸਟਾਰ ਪ੍ਰਚਾਰਕ ਵਜੋਂ ਨੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਹੈਗੀਆਂ ਨੇ ਜਾਂ ਹੋਣ ਵਾਲੀਆਂ ਨੇ ਉੱਥੇ ਸੀਐਮ ਚੰਨੀ ਹੁਣ ਕਾਂਗਰਸ ਵੱਲੋਂ ਜਾ ਕੇ ਪ੍ਰਚਾਰ ਕਰਨਗੇ ਕਿਸਾਨ ਜਥੇਬੰਦੀਆਂ ਉਹ ਕਹਿੰਦੇ ਕਿ ਕਰੋਨਾ ਦੇ ਦੌਰਾਨ ਜੋ ਸਕੂਲਾਂ ਦੇ ਹਾਲਾਤ ਹੋਏ ਨੇ ਜੋ ਸਕੂਲ ਬੰਦ ਕੀਤੇ ਗਏ ਨੇ ਇਸ ਦੇ ਰੋਸ ਵਜੋਂ ਅਸੀਂ ਰੋਜ਼ ਹਫ਼ਤਾ ਮਨਾਵਾਂਗੇ ਕਿਉਂਕਿ ਐਜੂਕੇਸ਼ਨ ਬੜਾ ਇੱਕ ਜ਼ਰੂਰੀ ਇਹ ਬੱਚਿਆਂ ਲਈ ਮੁੱਦਾ ਖਾਸ ਕਰਕੇ ਜਦੋਂ ਕੋਰੋਨਾ ਦਾ ਦੌਰ ਚੱਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਹਾਲਾਤ ਹੋਏ ਨੇ ਸਭ ਤੁਹਾਡੇ ਸਾਹਮਣੇ ਨੇ ਦੂਜੇ ਪਾਸੇ ਮਮਤਾ ਬੈਂਦਰਜੀ ਕਹਿੰਦੇ ਨੇ ਕਿ ਜੇਕਰ ਬੀਜੇਪੀ ਸਰਕਾਰ ਦਾ ਮੁਕਾਬਲਾ ਕਰਨਾ ਤਾਂ ਕਾਂਗਰਸ ਪਾਰਟੀ ਨਹੀਂ ਜੋ ਸੂਬਿਆਂ ਦੀ ਛੋਟੇ ਛੋਟੇ ਖੇਤਰੀ ਪਾਰਟੀਆਂ ਨੇ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਇਨ ਲੋਡ ਹੈ ਕਾਂਗਰਸ ਪਾਰਟੀ ਦਾ ਕਿਹਾ ਜਾ ਰਿਹਾ ਕਿ 6 ਫਰਵਰੀ ਨੂੰ ਸੀਐਮ ਫੇਸ ਦਾ ਐਲਾਨ ਹੋ ਜਾਊਗਾ ਸਾਰੀਆਂ ਖਬਰਾਂ ਦੇ ਮੁੱਖ ਚਰਚਾ ਪਰਮਿੰਦਰ ਜੀ ਸੁਨੀਲ ਜਾਖੜ ਉਹ ਕਹਿੰਦੇ ਕਿ 42 ਵੋਟਾਂ ਤਾਂ ਮ ਪਰ ਸੀਐਮ ਦੋ ਵੋਟਾਂ ਵਾਲੇ ਬਣ ਗਏ ਦੇਖੋ ਮਲਾਲ ਤਾਂ ਸਾਰਿਆਂ ਨੂੰ ਹੁੰਦਾ ਹੀ ਹੈ ਜਦੋਂ ਸੀਐਮ ਦੀ ਕੁਰਸੀ ਖੋਹੀ ਜਾਂਦੀ ਹੈ ਕਿਸੇ ਨਾ ਕਿਸੇ ਤਰੀਕੇ ਜਿਹੜੀ ਕੇ ਵੀ ਲਾਏ ਆ ਐਨ ਪਰ ਕਹਿ ਸਕਦੇ ਆ ਕਿ ਲਾਸਟ ਮੂਵਮੈਂਟ ਤੇ ਆ ਕੇ ਜਿਹੜਾ ਸੁਨੀਲ ਜਾਖੜ ਦਾ ਨਾਮ ਵਾਪਸ ਲਿਆ ਗਿਆ ਹਾਲਾਂਕਿ ਸੁਨੀਲ ਜਾਖੜ ਦੇ ਘਰੇ ਵਿਧਾਇਕਾਂ ਦਾ ਆਣਾ ਜਾਣਾ ਵੀ ਸ਼ੁਰੂ ਹੋ ਗਿਆ ਸੀ ਜੀ ਗੁਲਦਸਤੈਲ ਲੈ ਕੇ ਵੀ ਪਹੁੰਚ ਗਏ ਸੀ ਕਈ ਵਿਧਾਇਕ ਤਾਂ ਉਹਨਾਂ ਨੂੰ ਪਤਾ ਸੀ ਕਿ ਜਿਸ ਆ ਆਪਕੈਲੋਜੀਸ ਬਹੁਤ ਮਤ ਨਾਲ ਇਹਨਾਂ ਨੇ ਵਿਧਾਇਕਾਂ ਨੇ ਵੋਟ ਪਾਈ ਸੀ ਬਹੁਤ ਮਿਲਿਆ ਸੀਗਾ ਸੁਨੀਲ ਜਾਖੜ ਨੂੰ ਦਾ ਤਾਂ ਨਾਂ ਤੈ ਹੁਣ ਨਿਸ਼ਚਿਤ ਹੀ ਸੀਗਾ ਮੰਨਿਆ ਜਾ ਰਿਹਾ ਸੀ ਕਿ ਬਹੁਤੇ ਵਿਧਾਇਕ ਸੁਨੀਲ ਜਾਖੜ ਦੇ ਹੱਕ ਵਿੱਚ ਨੇ ਲੇਕਿਨ ਹਮ ਗੱਲ ਉਹੀ ਆ ਗਈ ਕਿ ਹਾਈ ਕਮਾਂਡ ਤੋਂ ਵੀ ਨਾ ਇਹਨਾਂ ਦਾ ਪੰਕ ਕਾਂਗਰਸ ਦਾ ਜਾਂ ਕਿਸੇ ਵੀ ਪਾਰਟੀ ਦਾ ਪਤਾ ਨਹੀਂ ਲੱਗਦਾ ਹਾਈ ਕਮਾਂਡ ਨੇ ਜੋ ਕਰਨਾ ਉਹ ਕਰਨਾ ਹੀ ਆ ਉਹਦੇ ਵਿੱਚ ਜਿਵੇਂ ਸੁਨੀਲ ਜਾਖੜ ਨੇ ਕਿਹਾ ਕਿ 42 ਵੋਟਾਂ ਮੈਨੂੰ ਮਿਲੀਆਂ ਸੀਗੀਆਂ 16 ਵੋਟਾਂ ਸੁਖਿੰਦਰ ਸਿੰਘ ਰੰਧਾਵਾ ਨੂੰ 12 ਵੋਟਾਂ ਵਰਨੀਤ ਕੌਰ ਨੂੰ 6 ਵੋਟਾਂ ਸਾਰੀਆਂ ਨਮਜੋਤ ਸਿੰਘ ਸਿੱਧੂ ਨੂੰ ਮਿਲੀਆਂ ਨੇ ਤੇ 2 ਵੋਟਾਂ ਚੰਨੀ ਨੂੰ ਮਿਲੀਆਂ ਨੇ ਤੇ 2 ਵੋਟਾਂ ਵਾਲਿਆਂ ਨੂੰ ਕਹਿੰਦਾ ਵੀ ਸੀਐਮ ਬਣਾ ਦਿੱਤਾ ਗਿਆ ਉਹ ਗੱਲ ਰੋਸਾ ਤਾਂ ਹੈ ਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਪ੍ਰਧਾਨਗੀ ਵੀ ਖੋਈ ਸੀਐਮ ਵੀ ਨਹੀਂ ਬਣਿਆ ਸੀਐਮ ਦੇ ਬਣਨ ਦੇ ਵਿੱਚ ਸਭ ਤੋਂ ਵੱਡਾ ਰੋੜਾ ਜਿਹੜਾ ਹੈਗਾ ਨਮਜੋਤ ਸਿੰਘ ਸਿੱਧੂ ਨੇ ਅੜਾਇਆ ਪਹਿਲਾਂ ਜਾਖੜ ਦੇ ਵੇਲੇ ਫਿਰ ਸੁਖੀ ਰੰਧਾਵਾ ਵੇਲੇ ਤੇ ਆਪੇ 6 ਸੀਟਾਂ ਤੇ ਸੀਗਾ ਬੋਲ ਬੋਲ ਦੇ ਸਟੇਜ ਤੇ ਨوجੋਤ ਸਿੰਘ ਸਿੱਧੂ ਇਦਾਂ ਜਿਵੇਂ ਬਹੁਤ ਸਾਰਾ ਬਹੁਤ ਬਹੁਤ ਜ਼ਿਆਦਾ ਕਹੇ ਲੋ ਕਾਂਗਰਸ ਪਾਰਟੀ ਸਾਰੀ ਨਾਲ ਹੋ ਗਏ ਹਨ ਤੇ ਉਹ 6 ਵੋਟਾਂ ਨਾਲ ਹੀ ਸਵਰ ਕਰਨਾ ਪਿਆ ਸੀ ਫੇਰ ਵੀ ਚਲੋ ਹਾਈ ਕਮਾਂਡ ਦੀ ਚੱਲੀ ਹਾਈ ਕਮਾਂਡ ਚਲਾਉਂਦੀ ਹੈ ਆਪਦੀ ਮੰਨਦੀ ਹੈ ਤਾਂ ਆਪੇ ਕਰਨਾ ਉਹਨਾਂ ਨੇ ਜਿਹੜਾ ਆਪਾਂ ਕਹਿ ਲਓ ਕਿ ਪੰਜਾਬ ਦੇ ਵਿੱਚ 31 31% ਪਿਛਲੀ ਜਿਹੜੀ ਮਤਗਣ ਆਹੋ ਜਨਗਣਨਾ ਸੀਗੀ ਉਹ ਤੋਂ ਇਹ ਸੀਗਾ ਵੀ 31% ਦੇ ਤੋਂ 33% ਦੇ ਵਿੱਚ ਜਿਹੜੀ ਹੈਗੀ ਐਸਸੀਪੀਚਾਰਾ ਜਿਹੜਾ ਹੈਗਾ ਪੰਜਾਬ ਵਿੱਚ ਹੈ ਵੋਟ ਹੈ ਹਨਾ ਤਾਂ ਉਹ ਕੈਸ਼ ਕਰਨ ਦੇ ਵਾਸਤੇ ਹੋ ਸਕਦਾ ਚਰਨਜੀਤ ਸਿੰਘ ਚੰਨੀ ਨੂੰ ਉਹ ਹਰਕਤ ਦਲਿਤ ਪੱਤਾ ਖੇਡ ਰਹੀ ਸੀ ਉਸ ਟਾਈਮ ਦੇ ਦੋ ਚੰਨੀ ਦਾ ਨਾਮ ਅਨਾਉਂਸ ਹੋਇਆ ਉਸ ਟਾਈਮ ਦੇਖਿਆ ਤੁਸੀਂ ਨੇ ਸੁਖਵੀਰ ਸਿੰਘ ਬਾਦਲ ਨੇ ਬੀਐਸਪ ਨਾਲ ਸਮਝਾਤਾ ਕਰਨ ਤੋਂ ਬਾਅਦ ਨਾਲ ਹੀ ਕਹਿਤਾ ਕਿ ਅਸੀਂ ਦਲਿਤ ਨੂੰ ਬਣਾਵਾਂਗੇ ਜੀ ਉਹ ਡਿਪਟੀ ਸੀਐਮ ਤੇ ਭਾਜਪਾ ਕਹਿੰਦੀ ਅਸੀਂ ਤਾਂ ਸੀਐਮ ਹੀ ਬਣਾ ਦਾਂਗੇ ਤੇ ਕਾਂਗਰਸ ਨੇ ਸਾਰਿਆਂ ਨੂੰ ਪਿਛਾੜਦੇ ਹੋਏ ਇਹ ਪੱਤਾ ਖੇਡਤਾ ਸੀ ਕਿ ਅਸੀਂ ਤਾਂ ਬਣਾ ਹੀ ਦਿੱਤਾ ਜੀ ਤੇ ਉਹ ਉਹ ਚੀਜ਼ ਨੂੰ ਹੋ ਸਕਦਾ ਕੈਸ਼ ਕਰਨਾ ਹੋਵੇ ਹਾਈ ਕਮਾਂਡ ਨੇ ਉਸ ਟਾਈਮ ਕਿ ਲਾਲੀ ਨੇੜੇ ਚੋਣਾ ਨੇੜੇ ਆ ਰਹੀਆਂ ਨੇ ਉਦੇ ਕਰਕੇ ਵੀ ਹੋ ਸਕਦਾ ਬਾਕੀ ਨਵਜੋਤ ਸਿੰਘ ਸਿੱਧੂ ਵੱਡਾ ਹੋ ਕਹਿ ਲੋ ਕਿ ਅੜਿੱਕਾ ਸੀਗੇ ਇਹਦੇ ਹੁਣ ਇੱਕ ਤਰ੍ਹਾਂ ਨਾਲ ਸਿਆਸਤ ਵਾਲੇ ਪਾਸੇ ਨੂੰ ਸੁਨੀਲ ਜਾਖੜ ਦੀ ਗੱਲ ਕਰਦੇ ਸਿਆਸਤ ਵਾਲੇ ਪਾਸੇ ਨੂੰ ਆ ਰਹੇ ਉਹ ਕਹਿੰਦੇ ਕਿ ਮੈਂ ਮੇਰੀ ਇਹੀ ਸਿਆਸਤ ਸਮਝੋ ਕਿ ਮੈਂ ਉਹਦਾ ਵੀ ਛੱਡਦਾ ਮੇਰੇ ਕੋਲ ਕੋਈ ਮੈਨੂੰ ਨਾ ਅੱਗੇ ਕੋਈ ਨਾਲਜ ਹੈਗਾ ਕਿਸੇ ਤਰ੍ਹਾਂ ਦੀ ਉਹਦੇ ਦਾ ਨਾਮ ਮੈਂ ਮੰਗ ਕਰਦਾ ਤੇ ਨਾ ਹੀ ਮੈਂ ਚੋਣ ਲੜ ਰਿਹਾ ਉਪ ਮੁੱਖ ਮੰਤਰੀ ਦਾ ਕਹਿੰਦੇ ਸੁਝਾਇਆ ਵੀ ਗਿਆ ਸੀ ਹਾਂ ਉਪ ਮੁੱਖ ਮੰਤਰੀ ਦਾ ਵੀ ਕਹਿੰਦੇ ਮੇਰਾ ਨਾਮ ਆਇਆ ਸੀਗਾ ਯਾਨੀ ਕਿ ਇੱਕ ਤਰ੍ਹਾਂ ਰੋਸ ਪ੍ਰਗਟ ਕਰਕੇ ਉਹ ਸਿਆਸਤ ਤੋਂ ਪਰੇ ਹੋਣਾ ਚਾਹੁੰਦੇ ਆ ਇਹ ਸਾਈਨ ਇਹ ਹੁੰਦਾ ਇੱਕ ਜੀ ਜਿਹੜਾ ਹਾਈ ਕਮਾਂਡ ਨੂੰ ਦੇਣਾ ਹੁੰਦਾ ਇਹਨਾਂ ਨੇ ਇਹ ਸਾਈਨ ਹੁੰਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਸਾਈਨ ਨਾਲ ਉਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਵੱਡੇ ਅਹੁਦੇ ਤੇ ਸੁਨੀਲ ਜਾਖੜ ਨੂੰ ਜਿਹੜਾ ਹੈਗਾ ਉਹ ਤਨਾਨਤ ਕੀਤਾ ਜਾ ਸਕਦਾ ਹੈ ਤਾਂ ਕਿਉਂਕਿ ਵੱਡਾ ਚਿਹਰਾ ਹੁਣ ਕੈਪਟਨ ਮਨਿੰਦਰ ਸਿੰਘ ਦੀ ਵਿੱਚ ਉਹਨਾਂ ਨੇ ਸਰਾਹਣਾ ਕੀਤੀ ਹੈ ਸੁਨੀਲ ਜਾਖੜ ਨੇ ਕਹਿੰਦਾ ਕਿ ਕਾਬਲ ਲੀਡਰ ਹੈ ਉਹ ਠੀਕ ਹੈ ਉਹ ਸਾਰਿਆਂ ਨੂੰ ਜੇ ਆਪਾਂ ਦਰਕਨਾਰ ਕਹਿ ਦਈਏ ਕਰ ਦੂ ਕਾਂਗਰਸ ਦਾ ਹੋ ਗਈ ਮੇਰੇ ਖਿਆਲ ਕਾਂਗਰਸ ਦੇ ਬਸ ਦੀ ਗੱਲ ਨਹੀਂ ਹੈਗੀ ਲਹਾਰ ਦੀ ਘੜੀ ਦਾ ਲੱਗਦਾ ਹੈ ਕਿ ਸੀਨੀਅਰ ਆਗੂਆਂ ਨਾਲ ਲੈ ਕੇ ਚੱਲਣਾ ਪਊਗਾ ਕਿਉਂਕਿ ਜਿਸ ਤਰ੍ਹਾਂ ਨਾਲ ਬੇਲਗਾਮ ਹੋਏ ਇਹਦੇ ਆਗੂ ਫਿਰ ਰਹੇ ਨੇ ਅੱਜ ਹਮ ਪੰਜਾਬ ਕਾਂਗਰਸ ਦੇ ਕਿਸੇ ਦਾ ਮੂੰਹ ਸਿਰ ਨਹੀਂ ਕੋਈ ਕਿਧਰੇ ਫਿਰ ਜਾ ਫਿਰਦਾ ਕੋਈ ਕਿਧਰੇ ਪੰਜ ਜਾ ਫਿਰਦਾ ਕੋਈ ਟਿਕਟਾਂ ਲੈਣ ਲਈ ਦੌੜ ਦੌੜ ਵਿੱਚ ਸੀਗਾ ਆਜ਼ਾਦ ਖੜ ਗਏ ਜਿਨ੍ਹਾਂ ਨੂੰ ਨਹੀਂ ਮਿਲੀਆਂ ਕੋਈ ਦੂਜੀ ਪਾਰਟੀ ਵਿੱਚ ਲੜ ਗਏ ਹਮ ਠੀਕ ਹੈ ਉਹਦੇ ਕਰਕੇ ਇਕੱਠੇ ਕਰਕੇ ਰੱਖਣਾ ਕਾਂਗਰਸ ਲਈ ਇੱਕ ਵੱਡੀ ਜ਼ਿੰਮੇਵਾਰੀ ਬਣ ਗਿਆ ਜਾਂ ਵੱਡੀ ਚੁਣੌਤੀ ਬਣ ਗਿਆ ਕਹਿੰ ਲੋ ਉਹਨੂੰ ਹਾਈ ਕਮਾਂਡ ਵਾਸਤੇ ਪੰਜਾਬ ਕਾਂਗਰਸ ਨੂੰ ਇਕੱਠਾ ਕਰਕੇ ਰੱਖਣਾ ਹਰੇਕ ਦਾ ਮੂੰਹ ਟੇਡਾ ਹੋ ਰਿਹਾ ਕਿ ਕਿਸੇ ਕਿਸ ਨੂੰ ਸੀਐਮ ਨਹੀਂ ਬਣਾਇਆ ਕਿਸੇ ਨੂੰ ਡਿਪਟੀ ਸੀਐਮ ਨਹੀਂ ਬਣਾਇਆ ਕੋਈ ਕਹਿੰਦਾ ਮੈਂ ਪ੍ਰਧਾਨ ਕਿਉਂ ਬਣ ਗਿਆ ਕੋਈ ਕਹਿੰਦਾ ਮੈਂ ਪ੍ਰਧਾਨ ਬਣੇ ਰਹਿਣਾ ਸੀਗਾ ਕੋਈ ਕਹਿੰਦਾ ਮੈਨੂੰ ਟਿਕਟ ਨਹੀਂ ਮਿਲੀ ਕੋਈ ਕਹਿੰਦਾ ਮੇਰੇ ਜਵਾਈ ਨੂੰ ਨਹੀਂ ਮਿਲੀ ਕੋਈ ਕਹਿੰਦਾ ਮੇਰੇ ਭਾਈ ਨੂੰ ਨਹੀਂ ਮਿਲੀ ਕੋਈ ਕਹਿੰਦਾ ਮੇਰੇ ਪੁੱਤ ਨੂੰ ਨਹੀਂ ਮਿਲੀ ਯਾਨੀ ਕਿ ਸਾਰੇ ਫਿਲਹਾਲ ਦੀ ਘੜੀ ਰੁੱਸੇ ਹੋਏ ਨੇ ਹਾਈ ਕਮਾਂਡ ਹੁਣ ਅੱਗੇ ਜਾ ਕੇ ਕੀ ਫੈਸਲਾ ਲੈਂਦੀ ਹੈ ਕਿਹੜੇ ਕਿਹੜੇ ਲੀਡਰ ਨੂੰ ਬਣਾ ਕੇ ਰੱਖਦੀ ਹੈ ਕਿਹੜੇ ਕਿਹੜੇ ਨੂੰ ਕਿਹਦਾ ਕਿਹਦਾ ਰਸਨਾ ਪਸੰਦ ਹੈ ਉਹਨਾਂ ਨੂੰ ਉਹ ਆਉਣ ਵਾਲੇ ਸਮੇਂ ਦੇ ਵਿੱਚ ਆ ਹੀ ਜਾਣਾ ਚੋਣਾ ਜਿਹੜੇ ਜੀ ਬਿਲਕੁਲ ਪਰ ਨਵਜੋਤ ਸਿੰਘ ਸਿੱਧੂ ਨੂੰ ਤਾਂ ਹਾਈ ਕਮਾਂਡ ਦੇ ਸਟਾਰ ਪ੍ਰਚਾਰਕ ਦੀ ਸੂਚੀ ਤੋਂ ਬਾਹਰ ਰੱਖਿਆ ਇਸ ਵਾਰ ਸੀਐਮ ਚੰਨੀ ਉਹ ਕਹਿੰਦੇ ਕਿ ਵੀ ਜੋ ਸਾਡੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਸੀਐਮ ਚੰਨੀ ਪੰਜਾਬ ਵੱਲੋਂ ਸਟਾਰ ਪ੍ਰਚਾਰਕ ਚਾਹੁੰਦਾ ਨੇ ਨਾਮ ਸੁਝਾਇਆ ਗਿਆ ਨਵਜੋਤ ਸਿੰਘ ਸਿੱਧੂ ਬਾਹਰ ਦੇਖੋ ਨਵਜੋ ਪੰਜਾਬ ਕਾਂਗਰਸ ਦੇ ਅਗੇਂਸਟ ਹੀ ਚੱਲ ਰਹੇ ਆ ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਕੈਪਟਨ ਬਰਿੰਦਰ ਸਿੰਘ ਕਰਕੇ ਜਿਹੜਾ ਚੋਣਾਂ ਦੇ ਵਿੱਚ ਨੁਕਸਾਨ ਪਹੁੰਚਾਊਗਾ ਕੰਮ ਨਹੀਂ ਕੀਤੇ 4.5 ਸਾਲ ਲੋਕਾਂ ਨੂੰ ਨਹੀਂ ਮਿਲੇ ਵਿਧਾਇਕਾਂ ਨੂੰ ਨਹੀਂ ਮਿਲੇ 75 25 ਦਾ ਰੌਲਾ ਪਾ ਕੇ ਉਹਨਾਂ ਨੂੰ ਤਾਂ ਲਾਂਬੇ ਕਰਤਾ ਆਪਣੀ ਸਰਕਾਰ ਬਣ ਗਈ ਫਿਰ ਬਿਲਕੁਲ ਨੇੜੇ ਲੱਗੇ ਚੰਨੀ ਦੇ ਬਹੁਤ ਜ਼ਿਆਦਾ ਨੇੜੇ ਜਹਾਜ਼ ਉਹਦੇ ਚ ਹੈਲੀਕਾਪਟਰ ਚ ਫਿਰਦੇ ਰਹੇ ਜੱਪੀਆਂ ਬੰਦੇ ਰਹੇ ਉਸ ਤੋਂ ਬਾਅਦ ਉਹਨਾਂ ਨਾਲ ਵੀ ਟਲਿੰਗ ਹੋ ਗਏ ਹੁਣ ਲਗਾਤਾਰ ਇਸ ਸਰਕਾਰ ਦੇਗੇ ਅਸੀਂ ਬੋਲ ਰਹੇ ਨੇ ਫਿਰ ਆਪਣਾ ਅਜੰਡਾ ਲੈ ਕੇ ਆ ਜਾਂਦੇ ਨੇ ਮੇਰਾ ਪੰਜਾਬ ਅਜੰਡਾ ਹੈ ਮੇਰਾ ਅਜੰਡਾ ਹੈ ਪੰਜਾਬ ਦਾ ਅਜੰਡਾ ਹੈ ਪੰਜਾਬ ਮਾਡਲ ਹੈ ਜੀ ਠੀਕ ਹੈ ਕਦੇ ਉੱਤਰਾਖੰਡ ਦੀ ਉਦਾਹਰਣ ਦਿੰਦੇ ਕਦੇ ਤਾਮਿਲ ਨਾਡੂ ਦੀ ਉਦਾਹਰਣ ਦਿੰਦੇ ਤਾਮਿਲਨਾਡੂ ਦੀ ਗੱਲ ਕਰਦੇ ਤਾਂ ਸ਼ਰਾਬ ਦੀ ਜਿਹੜੀ ਗੱਲ ਕਰਦੇ ਆ ਉਹ ਕਿ ਜੇ ਸ਼ਰਾਬ ਦਾ ਜਿਹੜਾ 30000 ਕਰੋੜ ਰੁਪਏ ਦਾ ਰੈਵਨਿਊ ਠੀਕ ਹੈ ਜੇ ਉੱਥੋਂ ਚੀ 6 ਸਾਲਾਂ ਦੀ ਡਾਟਾ ਕੱਢ ਲਿਆ ਜਾਵੇ ਨਵਜੋਤ ਸਿੰਘ ਜੀ ਤੋਂ ਕੱਢ ਲੈਣਾ ਤਾਂ 300 ਕਰੋੜ ਰੁਪਏ ਦੇ ਘਾਟੇ ਚ ਜਲ ਰਹੀ ਹੈ ਉਹ ਕੰਪਨੀ ਉਹਨਾਂ ਦੀ ਬੈਲੈਂਸ ਸ਼ੀਟ ਉਹਨਾਂ ਨੇ ਮੁੜ ਕੇ ਕੋਈ ਗੱਲ ਬਾਤ ਨਹੀਂ ਕੀਤੀ ਹੈਗੀ ਨਾ ਕੋਈ ਟੈਕਸ ਬਾਰੇ ਨਾ ਬੈਲੈਂਸ ਸ਼ੀਟ ਦਾ ਕੁਝ ਇੱਕ ਅੰਗਰੇਜ਼ੀ ਘਾਰ ਦਾ ਹਵਾਲਾ ਦੇ ਕੇ ਖਬਰ ਲੱਗੀ ਹੋਈ ਆ ਉਹਦੇ ਵਿੱਚ ਦੇਖਿਆ 300 ਕਰੋੜ ਦਾ ਘਾਟਾ ਚੱਲ ਰਹੀ ਹੈ ਹੁਣ ਇਹਨਾਂ ਚੀਜ਼ਾਂ ਬਾਰੇ ਜਾਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਤਾ ਨਹੀਂ ਜਾਂ ਉਹਨੂੰ ਇਹ ਪਤਾ ਹੈ ਕਿ ਪੰਜਾਬ ਦੀ ਜਨਤਾ ਨੇ ਕੀ ਲੈਣਾ ਉਹਨਾਂ ਨੇ ਕਿਹਾ ਜਾ ਕੇ ਦੇਖਣਾ ਤਾਂ ਮੁੰਲਾਡੂ ਚ ਕੀ ਹੋ ਰਿਹਾ ਬਸ ਏਜੰਡਾ ਦੇ ਦਿਓ ਉਦਾਂ ਹੀ ਬਿਨਾਂ ਗੱਲ ਤੋਂ ਯਾਨੀ ਕਿ ਬਿਨਾਂ ਪਿਰ ਸਿਰ ਪੈਰ ਤੋਂ ਗੱਲਾਂ ਕਰੀ ਜਾ ਰਹੇ ਨੇ ਕਦੇ ਜੋਨ ਮੈਨੀਫੈਸਟੋ ਆਪਣੀ ਆਪ ਹੀ ਆਪਣਾ 2000 ਦੇ ਦਦਾਂਗੇ ਜੀ ਸਿਲੰਡਰ ਐ ਕਰਦਾਂਗੇ ਜੀ ਉਹ ਕਰਦਾਂਗੇ ਉਹਦੇ ਨਾਲ ਕਾਫੀ ਨਰਾਜ਼ ਚੱਲ ਰਹੀ ਆ ਹਾਈ ਕਮਾਂਡ ਹਾਈ ਕਮਾਂਡ ਕਦੇ ਨਹੀਂ ਚਾਹੁੰਦੀ ਕਿ ਪੰਜਾਬ ਦਾ ਕੋਈ ਵੀ ਲੀਡਰ ਕਿਸੇ ਵੀ ਸਟੇਟ ਦਾ ਕਹਿੰਨੂੰ ਕਾਂਗਰਸ ਕਦੇ ਵੀ ਨਹੀਂ ਚਾਹੁੰਦੀ ਕਿ ਸੋਨੀਆ ਪਰਿਵਾਰ ਤੋਂ ਗਾਂਧੀ ਪਰਿਵਾਰ ਤੋਂ ਪਰੇ ਹੋ ਕੇ ਚੱਲੇ ਜੀ ਜਿਹੜਾ ਉੱਪਰੋਂ ਉੱਪਰੋਂ ਜਿਹੜਾ ਆਰਡਰ ਆਉਂਦਾ ਹੈ ਉਹਨੂੰ ਹੂਬ ਹੂ ਲਾਗੂ ਕਰਦਾ ਹੈ ਉਹ ਉਹਨਾਂ ਦਾ ਚਹੇਤਾ ਉਹ ਕਿਸੇ ਵੀ ਅਹੁਦੇ ਤੇ ਬਰਾਜਮਾਨ ਹੋ ਸਕਦਾ ਹੈ ਹਾਂ ਤੇ ਜਿਹੜਾ ਉੱਪਰੋਂ ਆਰਡਰ ਆਂਦਾ ਜਾਂ ਉੱਪਰੋਂ ਬਿਨਾ ਆਰਡਰ ਲਏ ਜਾਂ ਉੱਪਰੋਂ ਬਿਨਾ ਆਗਿਆ ਲਏ ਕੋਈ ਵੀ ਬਿਆਨ ਦਿੰਦਾ ਉਹ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ ਚਾਹੇ ਕੈਪਟਨ ਹੋਵੇ ਚਾਹੇ ਅੱਗੇ ਚੰਨੀ ਜਾਂ ਜਾਖੜ ਹੋਵੇ ਕੋਈ ਹੋਵੇ ਉਹ ਸਾਈਡ ਤੇ ਹੋ ਜਾਏਗਾ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਹਾਈ ਕਮਾਂਡ ਪ੍ਰਤੀ ਹੁਣ ਗੁੱਸਾ ਕੱਢਦੇ ਆਂ ਬੋਲਦੇ ਆ ਕਿ ਸਾਨੂੰ ਹਾਈ ਕਮਾਂਡ ਦਾ ਨਾ ਟਾਈਮ ਦਿੰਦੀ ਹੈ ਨਾ ਸਾਡੀ ਸੁਣਦੀ ਹੈ ਸੰਜੇਰ ਸਿੰਘ ਦੁੱਲੋਂਵਰਗੇ ਬੈਠੇ ਨੇ ਜਿਹੜੇ ਲਗਾਤਾਰ ਬੋਲਦੇ ਵੀ ਰਹੇ ਨੇ ਬੈਠੇ ਨੇ ਟਿਕੇ ਬਸ ਪਰ ਕਾਂਗਰਸ ਦਾ ਹਿੱਸਾ ਬਣੇ ਬੈਠੇ ਨੇ ਪਰ ਅਨ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਨਾ ਕੋਈ ਸੁਣਵਾਈ ਹੈ ਨਾ ਕੋਈ ਪੁੱਛਪੜਤੀ ਤਾਂ ਜਿਵੇਂ ਹੁਣ ਸੀਐਮ ਚੇਰੇ ਦੀ ਦੌੜ ਸੀ ਹੁਣ ਗੱਲ ਨਿਕਲ ਕੇ ਇਹ ਕਿ 6 ਫਰਵਰੀ ਨੂੰ ਹੋ ਸਕਦਾ ਸੀਐਮ ਚੇਰੇ ਦਾ ਐਲਾਨ ਹੋ ਜੇ ਤੇ ਕਿਸੇ ਪਿੰਡ ਦੇ ਵਿੱਚ ਮੀਟਿੰਗ ਕਰ ਰਹੀ ਸੀ ਸੀਐਮ ਚੰਨੀ ਉਹਨਾਂ ਨੇ ਆਪਣੇ ਨਾਂ ਦੇ ਸੰਕੇਤ ਦਿੱਤੇ ਨੇ ਕਿ ਸੀਐਮ ਚੰਨੀ ਦੇ ਨਾਂ ਤੇ ਮੋਹਰ ਲੱਗ ਸਕਦੀ ਹੈ ਹਾਲਾਂਕਿ ਦੋ ਸੀਟਾਂ ਤਾਂ ਉਹਨਾਂ ਨੂੰ ਲੜਾਏ ਵੀ ਜਾ ਰਿਆ ਹਾਂ ਉਹੀ ਗੱਲ ਉਸੇ ਗੱਲ ਨਾਲ ਅਟੈਚ ਹੈ ਨਾ ਜਿਹੜਾ ਤੁਸੀਂ ਕਿਹਾ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਕਰਤਾ ਜਿਹੜਾ ਚੋਣਾਂ ਦੇ ਵਿੱਚ ਹੁਣ ਜਾ ਕੇ ਪੰਜਾਬ ਤੋਂ ਬਾਹਰ ਦੁਨੀਆਂ ਸਟੇਟਾਂ ਦੇ ਵਿੱਚ ਚੋਣਾਂ ਨੇ ਉਹਨਾਂ ਦੇ ਵਿੱਚ ਦੇਖਿਆ ਜਾਵੇਗੇ ਜੇ ਪਹਿਲੀ ਪਹਿਲੀ ਸੂਚੀ ਵਿੱਚ ਜਿਹੜਾ ਸਿੱਧੂ ਦਾ ਤੇ ਚੰਨੀ ਦਾ ਨਾਮ ਸੀਗਾ ਪਰ ਜਿਹੜੀ ਗੱਲ ਮੈਂ ਕੀਤੀ ਹੈ ਹੁਣ ਉਹਦੇ ਕਰਕੇ ਰੜਕਰੇ ਅੱਖਾਂ 'ਚ ਨਵਜੋਤ ਸਿੰਘ ਸਿੱਧੂ ਕਿਉਂਕਿ ਹਾਈ ਕਮਾਂਡ ਤੋਂ ਪਰੇ ਹੋ ਕੇ ਚੱਲ ਰਿਹਾ ਤੇ ਹਾਈ ਕਮਾਂਡ ਕਦੇ ਵੀ ਨਹੀਂ ਚਾਹੂਗੀ ਇਸ ਕਰਕੇ ਉਹਨੂੰ ਹੌਲੀ ਹੌਲੀ ਦੱਬਣਾ ਵੀ ਹੈਗਾ ਜਿਹੜਾ ਮੈਂ ਤਾਂ ਇਸ ਗੱਲ ਨੂੰ ਵੀ ਦੇਖਦਾ ਕਿ ਜਿਹੜਾ ਸੁਨੀਲ ਜਾਖੜ ਤੋਂ ਬਿਆਨ ਦਵਾਇਆ ਗਿਆ ਕਿ ਚੰਨੀ ਨੂੰ ਦੁਬਾਰਾ ਮੌਕਾ ਮਿਲਣਾ ਚਾਹੀਦਾ ਚੰਨੀ ਨੂੰ ਹੀ ਫੇਸ ਐਲਾਨਣਾ ਚਾਹੀਦਾ ਠੀਕ ਹੈ ਇਹ ਵੀ ਇੱਕ ਹਾਈ ਕਮਾਂਡ ਦੀ ਮੈਂ ਕਹਿੰਦਾ ਹੋਇਆ ਖੇਡ ਕਹਿ ਲੋ ਦਾ ਹੈ ਉਹਨਾਂ ਦਾ ਜਿਹੜਾ ਸੁਨੀਲ ਜਾਖੜ ਤੋਂ ਖੜਾਇਆ ਗਿਆ ਕਿਉਂਕਿ ਸੁਨੀਲ ਜਾਖੜ ਦੇ ਪੱਖ ਦੇ ਵਿੱਚ 42 ਵਿਧਾਇਕ ਜੇ ਉਹ ਬਿਆਨ ਦਿੰਦੇ ਹੈ ਤਾਂ ਜਿਹੜੇ ਵਿਧਾਇਕ ਉਹਦੇ ਪੱਖ ਚ ਉਹਨਾਂ ਨੇ ਜਿਨ੍ਹਾਂ ਨੇ ਪੱਖ ਪੂਰਿਆ ਉਹਦੇ ਪੱਖ 'ਚ ਖੜੇ ਤਾਂ ਉਹਨਾਂ ਦੇ ਵਿੱਚੋਂ ਆਪਾਂ ਕਹਿ ਲੈ ਕਿ ਬਹੁਤੇ ਵਿਧਾਇਕ ਤਾਂ ਇਸ ਗੱਲ ਨਾਲ ਸਹਿਮਤ ਹੋਣਗੇ ਨਾ ਜਿਸਨੀਲ ਦਾ ਖੜੇ ਗੱਲ ਕਰਦਾ ਤੇ ਸੁਨੀਲ ਜਾਖੜ ਤੋਂ ਹੀ ਗੱਲ ਕਰਾਈ ਗਈ ਹੋਵੇ ਕਿ ਦੂਜੇ ਪਾਸੇ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਬਾਹਰ ਕਰਨਾ ਤੇ ਚੰਨੀ ਨੂੰ ਦੋ ਸੀਟਾਂ ਤੇ ਲੜਾਉਣਾ ਠੀਕ ਹੈ ਦੋ ਤਾਂ ਉਮੀਦਵਾਰ ਬਣਾ ਕੇ ਖੜਾ ਕਰਨਾ ਇਹ ਸੰਕੇਤ ਹੀ ਇੱਕ ਤਰ੍ਹਾਂ ਦਾ ਵੀ ਸੀਐਮ ਫੇਸ ਜਿਹੜਾ ਹੈਗਾ ਚੰਨੀ ਹੋਣਗੇ ਜਾਂ ਚੰਨੀ ਨੇ ਹੁਣ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਬਿਆਨ ਦਿੱਤਾ ਹੈ ਕਿਸੇ ਪਿੰਡ ਚ ਕਿ ਆਪਣੀ ਜਨ ਸਭਾ ਦੌਰਾਨ ਜਾਂ ਮੀਟਿੰਗ ਦੌਰਾਨ ਆਪਣੇ ਨਾਮ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਹਾਂ ਆਪਣੇ ਨਾਮ ਵੱਲ ਇਸ਼ਾਰਾ ਕੀਤਾ ਤਾਂ ਉੱਪਰੋਂ ਕਿਤੇ ਨਾ ਕਿ ਤੋ ਸੰਕੇਤ ਹੁੰਦੇ ਨੇ ਐਦਾਂ ਨਹੀਂ ਕਰ ਸਕਦੇ ਜੇ ਐਦਾਂ ਕਰਨਗੇ ਫਿਰ ਤਾਂ ਸਿੱਧੂ ਵਾਂਗੂ ਚੱਲ ਰਿਹਾ ਸਾਰੇ ਫਿਰ ਤਾਂ ਉਹ ਉਹ ਫਿਰ ਬਾਹਰ ਕੱਢ ਦਿੰਦੇ ਨੇ ਜਿਵੇਂ ਮੱਖਣ ਚੋ ਬਾਹਰ ਕੱਟੇ ਮਗਲਾ ਬਾਹਰ ਚੜਤ ਦਿੰਦਾ ਇਦਾਂ ਉਹਦਾ ਉਹਦਾ ਬਾਹਰ ਕੱਢ ਕੇ ਮਾਰਦੇ ਆ ਉਹ ਤੇ ਹੁਣ ਸਿੱਧੂ ਲਈ ਇਹ ਵੱਡਾ ਝਟਕਾ ਵੀ ਹੈਗਾ ਸਿੱਧੂ ਹੁਣ ਘਿਰਦਾ ਨਜ਼ਰ ਆ ਰਿਹਾ ਕਾਂਗਰਸੀਆਂ ਦੇ ਵਿੱਚ ਵੀ ਘਿਰਦਾ ਨਜ਼ਰ ਆ ਰਿਹਾ ਪਹਿਲਾਂ ਵੀ ਛੇ ਵੋਟਾਂ ਸੀਗੀਆਂ ਲੇਕਿਨ ਕਹਿ ਕਹਾ ਕੇ ਰੌਲਾ ਪਾ ਪਾ ਕੇ ਆਪਣੇ ਆਪ ਨੂੰ ਪੇਸ਼ ਕਰੀ ਜਾ ਰਹੇ ਆ ਠੀਕ ਹੈ ਹੁਣ ਐਸਸੀ ਦੀ ਜਿਹੜੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਦਾ ਜਿਹੜਾ 34 ਸਾਲ ਪੁਰਾਣਾ ਕੇਸ ਉਹਨੂੰ ਠਾਸੀ ਦਾ ਸੀ ਉਹ ਵੀ ਦੁਬਾਰਾ ਵੈਗਲੋ ਖੁੱਲ ਖੁੱਲ ਗਿਆ ਜਿਹੜੇ ਪੀੜਤ ਸੀ ਉਹ ਫੇਰ ਚਲੇ ਕੇ ਵੀ ਸਜ਼ਾ ਘਟਾ ਠੀਕ ਹੈ ਉਹਦੇ ਤੇ ਵੀ ਅੱਗੇ ਸਾਰਾ ਕੁਝ ਜਾਨੀ ਕਿ ਕਹਿ ਲੋ ਚਾਰੇ ਪਾਸਿਓਂ ਘਿਰਦਾ ਨਜ਼ਾਰਾ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਤਿਆਰੀ ਆ ਪਹਿਲਾਂ ਵੀ ਆਪਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੇ ਸੱਚੀ ਮੁੱਤੀ ਚਾਹੁੰਦੇ ਆ ਕਿ ਕੋਈ ਪੰਜਾਬ ਦੇ ਲਈ ਕੋਈ ਅੱਛਾ ਉਹਨਾਂ ਕੋਲ ਹੈਗਾ ਤਾਂ ਐਕਸਪਰਟਸ ਬੰਦਿਆਂ ਨੂੰ ਨਾਲ ਬਿਠਾਵੇ ਜਿਹੜੇ ਤਜਰਬੇਕਾਰ ਬੰਦੇ ਨੇ ਬੁੱਧੀਜੀਵੀ ਬੰਦੇ ਨੇ ਉਹਨਾਂ ਦਾ ਇੱਕ ਗਰੁੱਪ ਬਣਾ ਕੇ ਆਪ ਮੂਰੇ ਲੱਗੇ ਆ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਅੱਗੇ ਨਹੀਂ ਆਉਣ ਦੇਣਾ ਤੇ ਇਦਾਂ ਬੋਲ-ਬੋਲ ਕੇ ਜਾऊं ਇਹ ਅੰਕੜੇ ਲੈ ਕੇ ਕਿਸੇ ਮਰਦ ਤੋਂ ਚਮਚਿਆਂ ਤੋਂ ਲੈ ਕੇ ਠੀਕ ਹੈ ਉਸਲਾਹਕਾਰ ਜਿਹੜੇ ਫालतू ਦੇ ਜਿਨ੍ਹਾਂ ਨੇ ਬੇੜੀ ਡੋਬਣੀ ਹੁੰਦੀ ਔਰ ਉਹਨਾਂ ਨਾਲ ਲੱਗੇ ਬਿਠਾ ਕੇ ਉਹਨਾਂ ਨਾਲ ਕੁਝ ਨਹੀਂ ਹੁੰਦਾ ਅੰਕੜੇ ਚੱਕੋ ਆਪਣੀ ਸਟੇਟ 'ਚ ਦੇਖੋ ਕੀ ਬਣਦਾ ਕੀ ਪਿਛਲੇ 50 ਸਾਲਾਂ 'ਚ ਕੀ ਹੋਇਆ ਕੀ ਹੋ ਸਕਦਾ ਉਹ ਜਿੱਦ ਲੈ ਕੇ ਕੋਈ ਆਪਣੀ ਪਾਰਟੀ ਜੇ ਖੜੀ ਕੀਤੀ ਜਾ ਸਕਦੀ ਹੈ ਤਾਂ ਉਹਦੇ ਵਰਗ ਹੀ ਨਹੀਂ ਹੋਗਾ ਸਮਝਦਾਰ ਸੂਝਵਾਨ ਬੰਦਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਜੇ ਕੁਝ ਕਰਨਾ ਹੈ ਨਾਲ ਜੀ ਜੇਕਰ ਭਾਜਪਾ ਦੀ ਗੱਲ ਕਰੀਏ ਐਨਡੀਏ ਤਗੜੀ ਮжоਰਿਟੀ ਦੇ ਵਿੱਚ ਦੋਨੋਂ ਵਾਰ ਸੱਤਾ ਚ ਆਈ 14 ਤੇ 19 ਚ ਹੁਣ ਮਮਤਾ ਬੈਨਰਜੀ ਜਿਹਨੂੰ ਬੀਜੇਪੀ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਉਹ ਕਹਿੰਦੇ ਕਿ ਵੀ ਇਕੱਲੇ ਕੁਝ ਨਹੀਂ ਕਰ ਸਕਦੇ ਜੋ ਉਦੇਸ਼ ਦੀਆਂ ਰੀਜਨਲ ਪਾਰਟੀਆਂ ਨੇ ਜੋ ਖੇਤਰੀ ਪਾਰਟੀਆਂ ਨੇ ਉਹ ਜੇਕਰ ਇਕੱਠੇ ਹੋ ਕੇ ਇੱਕ ਫਰੰਟ ਤੇ ਅੱਗੇ ਬੀਜੇਪੀ ਸਰਕਾਰ ਦੇ ਖਿਲਾਫ ਲੜਨ ਉਦੋਂ ਤਾਂ ਮੁਕਾਬਲਾ ਹੋ ਸਕਦਾ ਬੀਜੇਪੀ ਦਾ ਜੇ ਸਾਰੇ ਆਪਣੀ ਆਪਣੀ ਥਾਂ ਲੜਨਗੇ ਫੇਰ ਮੁਸ਼ਕਲ ਹੈ ਦੇਖੋ ਆ ਤਾਂ ਇਹੀ ਤਾਂ ਗੱਲ ਹੈਗੀ ਹੈ ਨਾ ਇਹ ਪਾੜੋ ਤੇ ਰਾਜ ਰਾਜ ਕਰੋ ਛੋਟੀਆਂ ਪਾਰਟੀਆਂ ਜਿਹੜੀਆਂ ਚਾਹੇ ਪੰਜਾਬ ਚ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਹੁਣ ਖੁੰਭਾ ਵਾਂਗੂ ਪਾਰਟੀਆਂ ਆ ਗਈਆਂ ਨੇ ਪਤਾ ਹੀ ਹੈ ਹੁਣ ਤੇ ਸਿਆਸਤਦਾਨ ਵੀ ਇਦਾਂ ਹੀ ਖੁੰਭਾ ਵਾਂਗੂ ਗਦਦੇ ਨੇ ਜਦੋਂ ਵੋਟਾਂ ਹੁੰਦੀਆਂ ਨੇ ਮੈਂ ਪੜ ਰਿਹਾ ਸੀ ਕਿਤੇ ਕਹਿੰਦੇ ਖੁੰਭਾ ਦੀ ਜੜ ਨਹੀਂ ਹੁੰਦੀ ਤੇ ਇਹਨਾਂ ਪਾਰਟੀਆਂ ਦੀ ਵੀ ਜੜਨੀ ਹੁੰਦੀ ਹੈ ਇਹਨਾਂ ਨੂੰ ਪੈਸੇ ਦੇ ਕੇ ਜ਼ਿਆਦਾਤਰ ਜ਼ਿਆਦਾਤਰ ਕਹਿ ਰਿਹਾ ਮੈਂ ਸਾਰੀਆਂ ਪਾਰਟੀਆਂ ਤੇ ਲਾਗੂ ਨਹੀਂ ਹੁੰਦਾ ਬਹੁਤ ਸਾਰੀਆਂ ਪਾਰਟੀਆਂ ਸੱਚੀ ਮੁੱਚੀ ਕੁਝ ਏਜੰਡੇ ਲੈ ਕੇ ਤੁਰਦੀਆਂ ਨੇ ਲੇਕਿਨ ਲੋਕਾਂ ਦਾ ਸਹਿਯੋਗ ਨਾ ਮਿਲਣ ਕਰਕੇ ਜਾਂ ਲੋਕਾਂ ਚ ਪਪੂਲਰ ਨਾ ਹੋਣ ਕਰਕੇ ਉਹ ਮਾਤ ਖਾ ਜਾਂਦੀਆਂ ਨੇ ਲੇਕਿਨ ਬਹੁਤੀਆਂ ਜ਼ਿਆਦੇ ਪਾਰਟੀਆਂ ਵੱਡੀਆਂ ਪਾਰਟੀਆਂ ਨਾਲੋਂ ਪੈਸੇ ਲੈ ਕੇ ਖੜੀਆਂ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਦਾ ਮਕਸਦ ਤਾਂ ਹੀ ਹੁੰਦਾ ਕਿ ਵੋਟਾਂ ਪਾੜ ਦੋ ਜੀ ਇਹ ਚੀਜ਼ਾਂ ਇਹ ਇਸ ਗੱਲ ਨੂੰ ਤਾਂ ਭਾਜਪਾ ਵਰਗੀ ਪਾਰਟੀ ਜਿਹੜੀ ਹੈਗੀ ਆ ਹਾਂ ਜਾ ਕਾਂਗਰਸ ਵਰਗੀ ਪਾਰਟੀਆਂ ਨੇ ਇਹਨਾਂ ਨੇ ਲੰਮਾ ਸਮਾਂ ਦੇਸ਼ ਦੇ ਵਿੱਚ ਰਾਜਨੀਤੀ ਕੀਤੀ ਆ ਠੀਕ ਹੈ ਇਹਨਾਂ ਨੂੰ ਤਾਂ ਇਹ ਗੱਲਾਂ ਛੋਟੀਆਂ ਨੇ ਭਲੀ ਭਾਤ ਪਤਾ ਇੱਕ ਕੌਣ ਕਿੱਥੇ ਕਿਵੇਂ ਵਿਗਦਾ ਕਿਵੇਂ ਕੀ ਇਹਦਾ ਇਹਦੀ ਸੰਗੀ ਕਿਵੇਂ ਨੱਪਣੀਆਂ ਨੂੰ ਕਿਵੇਂ ਗੱਲ ਨਾਲ ਲਾਉਣਾ ਇਹਨੂੰ ਕਿਵੇਂ ਕੁੱਟਣਾ ਸਭ ਪਤਾ ਹੈ ਤੋਂ ਇਹ ਇਹ ਕਰਦੇ ਹੀ ਇਹਨੇ ਰੀਜਨਲ ਪਾਰਟੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਜਿਉਂ ਇਕੱਠੀਆਂ ਹੋ ਜਾਣ ਨਾ ਤਾਂ ਕਾਂਗਰਸ ਚ ਆਉਂਦੀ ਆ ਦੇਖੋ ਕਿ ਰੀਜਨਲ ਪਾਰਟੀਆਂ ਇਕੱਠੀਆਂ ਹੋ ਜਾਣ ਨਾ ਇਹ ਭੀਜਪੀ ਆਉਂਦੀ ਆ ਕਿਉਂਕਿ ਦੂਜੀ ਗੱਲ ਕਾਂਗਰਸ ਚ ਹੁੰਦੀ ਕਿ ਜੇ ਇਕੱਠੀਆਂ ਹੋਣ ਤਾਂ ਮੇਰੇ ਝੰਡੇ ਹੇਠਾ ਹੋਣ ਬੀਜਪੀ ਕਹਿੰਦੇ ਜੇ ਇਕੱਠੀਆਂ ਹੋਣ ਤਾਂ ਮੇਰੇ ਝੰਡੇ ਹੇਠਾ ਹੋਣ ਠੀਕ ਹੈ ਦੋਨੋਂ ਪਾਰਟੀਆਂ ਹੀ ਵੱਡੀਆਂ ਕਹਾਉਂਦੀਆਂ ਨੇ ਤੇ ਦੋਨੋਂ ਪਾਰਟੀਆਂ ਚਾਹੁੰਦੀਆਂ ਨਹੀਂ ਹੈਗੇ ਦੋਨਾਂ ਕੋਲ ਪੈਸਾ ਵੱਧ ਹੈ ਪੈਸਾ ਬਹੁਤ ਐਨਾ ਕੁੜ ਕੋਰਪੋਰੇਟ ਘਰਾਣੇ ਜੁੜੇ ਹੋਏ ਨੇ ਵੱਡੇ ਵੱਡੇ ਦੋਵਾਂ ਦੋਨਾਂ ਪਾਰਟੀਆਂ ਨੂੰ ਦਰਅਸਲ ਜਿਹੜੀ ਰਾਜਨੀਤੀ ਹੁੰਦੀ ਹੈ ਨਾ ਗੁਰਜਿੰਦਰ ਜੀ ਉਹ ਇੱਥੇ ਇੱਥੋਂ ਇੱਥੋਂ ਨਹੀਂ ਸ਼ੁਰੂ ਹੁੰਦੀ ਠੀਕ ਹੈ ਉਹ ਐਂ ਕਹਿ ਲਓ ਕਿ ਜਿੱਥੋਂ ਕੋਰਪੋਰੇਟ ਚਾਹੇ ਬਾਹਰਲੇ ਦੇਸ਼ਾਂ ਦੇ ਨੇ ਚਾਹੇ ਬਾਹਰਲੇ ਦੇਸ਼ਾਂ ਦੀ ਰਾਜਨੀਤੀ ਹੈ ਚਾਹੇ ਉੱਥੋਂ ਦੇ ਸਬੰਧ ਨੇ ਚਾਹੇ ਜਿੱਦਾਂ ਵੀ ਹੈਗਾ ਕੂਟਨੀਤਿਕ ਜਿਨ੍ਹਾਂ ਨੂੰ ਨਾਂ ਦਿੱਤਾ ਜਾਂਦਾ ਹੈ ਜੀ ਉੱਥੋਂ ਰਾਜਨੀਤੀ ਇਹ ਹੈਂਡਲ ਹੁੰਦੀ ਹੈ ਇਹਨਾਂ ਕੋਲ ਤਾਂ ਇੱਕ ਹੈ ਹੁੰਦਾ ਕਿ ਇਹ ਇੱਕ ਮੋਰਾ ਟਾਈਪ ਅੱਗੇ ਕਰੇ ਹੁੰਦੇ ਨੇ ਪੈਸਾ ਤਾਂ ਉਹਨਾਂ ਨੇ ਲਾਉਣਾ ਹੁੰਦਾ ਹੈ ਤੇ ਇਨਵੈਸਟਮੈਂਟ ਤਾਂ ਉਹਨਾਂ ਨੇ ਕਰਨੀ ਤੇ ਉਹਨਾਂ ਨੂੰ ਸਰਕਾਰ ਦੇਖਣੀ ਹੈ ਕਿਹੜੀ ਸਾਨੂੰ ਕਿਹੜੀ ਜਦੋਂ ਜਿਹੜੀ ਜਿਹੜੀ ਸਰਕਾਰ ਤੋਂ ਜੋ ਕੰਮ ਲੈਣਾ ਹੁੰਦਾ ਜਿਹੜਾ ਕਰ ਰਿਹਾ ਹੁੰਦਾ ਬੰਦਾ ਉਹਨੂੰ ਪਤਾ ਹੁੰਦਾ ਕਿ ਇਹਦੇ ਨਾਲ ਸਾਡੀ ਆ ਡੀਲ ਫਲਾਣੇ ਤਾਂ ਤੋਂ ਹੋਈ ਹੋਈ ਹੈ ਇਦਾਂ ਇਹ ਉੱਥੋਂ ਸਾਰਾ ਕੁਝ ਗੱਲਾਂ ਕੰਟਰੋਲ ਹੁੰਦਾ ਜਿਵੇਂ ਹੁਣ ਭਾਜਪਾ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾ ਨੇ ਉੱਥੇ ਵੀ ਇਕਲੇਸ਼ ਯਾਦਵ ਉਹਨਾਂ ਤਗੜੀ ਟੱਕਰ ਦੇ ਰਹੇ ਨੇ ਮੁਕਾਬਲਾ ਉੱਥੇ ਤੇ ਇੱਕ ਮੈਂਬਰ ਪਾਰਲੀਮੈਂਟ ਲਖਨਊ ਕੈਂਟ ਤੋਂ ਤੇ ਇਸ ਤੋਂ ਇਲਾਵਾ ਹੋਰ ਵੀ ਪਹਿਲਾਂ ਛੱਡ ਕੇ ਕਿੰਨੇ ਸਪਾ ਦੇ ਵਿੱਚ ਚਲੇ ਗਏ ਐਮ ਐਲ ਏ ਵੀ ਹੋਰ ਤਾਕੜੇ ਕੈਬਨਿਟ ਮੰਤਰੀ ਵੀ ਹੁਣ ਕਿਹਾ ਜਾ ਰਿਹਾ ਕਿ ਬਗਾਵਤ ਤਾਂ ਹੈਗੀ ਹੈ ਨਾ ਭਾਜਪਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੈਗੀ ਹੈ ਬਿਲਕੁਲ ਬਿਲਕੁਲ ਜਿਹੜਾ ਜਿਹੜਾ ਮਮਤਾ ਬੈਨਰਜੀ ਦਾ ਬਿਆਨ ਹੈ ਨਾ ਉਹ ਜੇ ਪਾਰਟੀਆਂ ਆਹੀ ਪਾਰਟੀਆਂ ਨੇ ਚਾਹੇ ਸਮਾਜਵਾਦੀ ਪਾਰਟੀ ਆ ਜਾਂ ਹੋਰ ਪਾਰਟੀਆਂ ਨੇ ਜਿਹੜੀਆਂ ਕਾਮਰੇਡ ਦੀਆਂ ਪਾਰਟੀਆਂ ਨੇ ਕਹਿੰਦੇ ਆਪਾਂ ਉਹਨਾਂ ਨੂੰ ਉਹ ਕੁਝ ਵੀ ਹੈ ਅਜੰਡਾ ਇੱਕ ਲੈ ਕੇ ਬਣਾ ਕੇ ਤੁਰਨ ਜੇ ਮੰਮਤਾ ਬਾ ਐਨਰਜੀ ਦੀ ਕਮਾਂਡ ਹੇਠ ਆਉਣਾ ਤਾਂ ਉਹ ਆ ਜਾਣ ਪਰ ਇਹਨਾਂ ਪਾਰਟੀਆਂ ਤੋਂ ਪਰੇ ਹੋ ਕੇ ਚੱਲਣਾ ਪਊਗਾ ਇਹਨਾਂ ਪਾਰਟੀਆਂ ਦੇ ਲਾਲਚਾਂ ਤੋਂ ਪਰੇ ਹੋ ਕੇ ਜਾਣਾ ਪੈਣਾ ਇਹਨਾਂ ਨੂੰ ਤਾਂ ਇਹ ਇਕੱਠੇ ਹੋ ਸਕਦੇ ਨੇ ਹੁਣ ਜਿਵੇਂ ਤੁਸੀਂ ਕਹ ਯੂਪੀ ਦੇ ਵਿੱਚ ਵੀ ਬੀਜੇਪੀ ਦਾ ਵਿਰੋਧ ਤਾਂ ਹੈਗਾ ਹੀ ਆ ਔਰ ਰੀਟਾ ਬਹੁਗੁਣਾ ਜਿਹੜੀ ਹਾਂ ਠੀਕ ਹੈ ਆਓ ਐਮਪੀ ਐ ਲਖਨਊ ਕੈਂਟ ਤੋਂ ਉਧਰੋਂ ਤੇ ਉਹ ਆਪਣੇ ਮੁੰਡੇ ਲਈ ਸੀਟ ਮੰਗਦੀ ਐ ਉਹ ਕਹਿੰਦੀ 12 ਸਾਲ ਹੋ ਗਏ ਬੀਜੇਪੀ ਦੀ ਸੇਵਾ ਕਰ ਰਹੀ ਜੇ ਸੀਟ ਮੰਗ ਰਹੀ ਟਿਕਟ ਮੰਗ ਰਹੀ ਤਾਂ ਇਹ ਤਾਂ ਹੱਕ ਬਣਦਾ ਕਹਿੰਦੀ ਮੈਂ ਤਾਂ ਕਿਹਾ ਸੀ 2024 ਚ ਮੈਂ ਨਹੀਂ ਲੜਨਾ ਉਹ ਤੋਂ ਪਹਿਲਾਂ ਹੀ ਕਿਹਾ ਸੀਗਾ ਮੇਰੇ ਬੇਟੇ ਮੈਨੂੰ ਸੀਟ ਮੰਗਣ ਤੋਂ ਪਹਿਲਾਂ ਟਿਕਟ ਮੰਗਣ ਤੋਂ ਪਹਿਲਾਂ ਤੇ ਹੁਣ ਵੀ ਜੇ ਕਹਿੰਦੀ ਉਹ ਉਹਨੂੰ ਟਿਕਟ ਦੇਣੀ ਐ ਇੱਕ ਪਰਿਵਾਰ ਇੱਕ ਟਿਕਟ ਦੀ ਜੇ ਗੱਲ ਕਰਦੀ ਐ ਬੀਜੇਪੀ ਕਹਿੰਦੀ ਉਹ ਉਹ ਕਹਿੰਦੀ ਪੀਐਮ ਨੂੰ ਜਾਂ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਵੀ ਕਿਹਾ ਵੀ ਜੇ ਇੱਕ ਪਰਿਵਾਰ ਚ ਇੱਕ ਟਿਕਟ ਦੇਣੀ ਹੈ ਤਾਂ ਮੈਂ ਪੈਰ ਪਿੱਛੇ ਸੀ ਖਿੱਚਦੀਆਂ ਤੇ ਮੇਰੇ بیٹے ਮਨਕ ਨੂੰ ਜੋਸ਼ੀ ਨੂੰ ਜਿਹੜਾ ਹੈਗਾ ਉਹਨੂੰ ਟਿਕਟ ਦੀ ਜਾਵੇ ਜੀ ਤੇ ਉਹਦੇ ਤੇ ਮੰਨ ਨਹੀਂ ਰਹੇ ਉਹ ਹੁਣ ਫਿਰ ਉਹ ਸਪਾ ਚ ਜਾਣ ਦੀ ਤਿਆਰੀ ਕਰਦਾ ਹੈ ਵਿਰੋਧ ਤਾਂ ਹੈਗਾ ਹੀ ਪਹਿਲਾਂ ਕਿੰਨੇ ਜਿਹੜੇ ਹੈਗੇ ਨੇ ਬੀਜੇਪੀ ਦੇ ਜਿਹੜਿਆ ਮੱਲੇ ਨੇ ਜਾਂ ਹੋਰ ਆਗੂ ਨੇ ਉਹ ਛੱਡ ਕੇ ਗਏ ਐ ਸਫਾ ਚੜ ਰਗੇ ਸਫਾ ਤਕੜੀ ਹੁੰਦੀ ਜਾ ਰਹੀ ਆ ਉਧਰ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਹੜੇ ਆ ਬੀਜੇਪੀ ਦਾ ਤਕੜਾ ਵਿਰੋਧ ਕਰ ਰਹੀਆਂ ਨੇ ਜਿਹੜਾ ਯੋਗੀਆਂ ਨਾਲ ਟੱਕਰ ਲੈ ਰਹੀਆਂ ਨੇ ਜਿਹੜੇ ਬੰਦੇ ਟੱਕਰ ਲੈ ਰਹੇ ਨੇ ਜੇ ਇਕੱਠੇ ਹੋ ਜਾਣ ਤਾਂ ਕਿਤੇ ਨਾ ਕਿਤੇ ਮੇਰੇ ਖਿਆਲ ਨਾਲ ਬੀਜੇਪੀ ਨੂੰ 2024 ਦੇ ਵਿੱਚ ਰੋਕਿਆ ਜਾ ਸਕਦਾ ਪਰ ਬੀਜੇਪੀ ਜਿਹੜਾ ਐਜੰਡਾ ਖੇਡ ਰਹੀ ਐ ਕਿ ਹਿੰਦੂਤਵ ਦਾ ਐਜੰਡਾ ਰਾਸ਼ਟਰਵਾਦ ਦਾ ਐਜੰਡਾ ਉਹਦੇ ਤਹਿਤ ਲੋਕ ਅੰਨੇ ਭਗਤ ਹੋ ਕੇ ਵੋਟਾਂ ਪਾ ਰਹੇ ਨੇ ਇਹਨਾਂ ਨੇ ਉਹ ਚੀਜ਼ ਕੈਸ਼ ਕਰ ਲਈ ਤੁਸੀਂ ਦੇਖੋਗੇ ਮੰਦਰ ਦਾ ਰੌਲਾ ਜਿਵੇਂ ਹੁਣ ਅਮਿਤ ਸ਼ਾਹ ਦਾ ਮੈਂ ਬਿਆਨ ਸੁਣ ਰਹੇ ਸੀ ਉਹ ਕਹਿੰਦਾ ਜੀ ਬਾਹੂਬਲੀ ਦਾ ਰਾਜ ਨਹੀਂ ਜੋ ਪਿਛੇ ਹੁਣ ਬਜਰੰਗੀ ਹੈ ਦੱਸੋ ਕਿਹੜੇ ਬਜਰੰਗੀ ਨੇ ਉੱਥੇ ਕੀ ਗੱਲ ਹੋ ਗਈ ਉੱਥੇ ਕੋਈ ਕ੍ਰਾਈਮ ਘਟ ਗਿਆ ਕੋਈ ਗਰੀਬਾਂ ਦੇ ਗਰੀਬੀ ਦੂਰ ਹੋ ਗਈ ਕੋਈ ਉੱਥੇ बस उही ਵੀ ਦੇਵਤਿਆਂ ਦੇ ਨਾਮ ਦੇ ਉੱਤੇ ਉਹਨਾਂ ਨੇ ਦੇਖਣਾ ਕਿ ਹਿੰਦੂ ਤਾਂ ਆ ਗੱਲ ਕਰ ਦੋ ਰਾਮ ਦੀ ਗੱਲ ਕਰ ਦੋ ਜਯੋਧਿਆ ਦੀ ਗੱਲ ਕਰ ਦੋ ਹਨੂਮਾਨ ਬਜਰੰਗੀ ਦੀ ਗੱਲ ਕਰ ਦੋ ਬਸ ਉਹ ਭਾਸ਼ਣਾ ਦੇ ਵਿੱਚ ਆ ਜਾਣਾ ਹੁਣ ਉਹ ਉਹ ਕੈਸ਼ ਕਰਨੀ ਹੈ ਵੋਟ ਉਹੀ ਵੋਟ ਹੈ ਜਿਹੜੀ ਉਹ ਬਾਕੀ 80% ਕਹ ਲਓ ਵੋਟ ਇੱਕ ਪਾਸੇ ਰੱਖ ਦੋ ਉਹ 20% ਵੋਟ ਇਹਨਾਂ ਦੀ ਬਣ ਗਈ ਉਹ 80% ਉਹ ਰਾਜ ਜਾਂਦੀ ਹੈ ਉਹ 80% ਮੈਂ ਕਹਿੰਨਾ 800ਾਂ 'ਚ ਵੰਡ ਜਾਂਦੀ ਹੈ 800 ਪਾਰਟੀਆਂ ਚ ਬਣ ਜਾਂਦੀ ਹੈ ਕਹ ਲੋ ਦੇਸ਼ ਦੀ ਬਿਲਕੁਲ ਉਹ ਚੀਜ਼ ਕਰਕੇ ਇਹ ਜਿੱਤ ਹਾਸਲ ਕਰਦੇ ਨੇ ਜੋ 80% ਜਿਹੜੀ ਕਹ ਲੋ 80 ਜਾਂ 85% ਜਿੰਨੀ ਵੀ ਕਹ ਲੋ ਵੋਟ ਹੈ ਉਹ ਇਕੱਠੀ ਹੋ ਜੇ ਚਾਹੇ ਰੀਜਨਲ ਪਾਰਟੀਆਂ ਦੇ ਰੂਪ ਚ ਹੋ ਜੇ ਚਾਹੇ ਕੋਈ ਇੱਕ ਸੰਘ ਬਣ ਜੇ ਕਿਸੇ ਤਰ੍ਹਾਂ ਦਾ ਚਾਹੇ ਕੋ ਗਰੁੱਪ ਬਣ ਜੇ ਉਹ ਬਣ ਜੇ ਤੇ ਉਹ ਇਹ ਬੀਜੇਪੀ ਇੱਥੇ ਕਿੱਥੇ ਟਿਕੂਗੀ ਫਿਰ ਹੂੰ ਬਿਲਕੁਲ ਪਰਮਿੰਦਰ ਜੀ ਪਿਛਲੇ ਦਿਨੀ ਬਜਟ ਆਇਆ ਤੁਸੀਂ ਦੇਖੋ ਕਿ ਉਸ ਬਜਟ ਦੇ ਵਿੱਚ ਸਿੱਖਿਆ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਗਈ ਵੱਧ ਤੋਂ ਵੱਧ ਇਹ ਗੱਲ ਕੀਤੀ ਗਈ ਕਿ ਫਲਾਨੀ ਯੂਨੀਵਰਸਿਟੀ ਨੂੰ ਅਸੀਂ ਡਿਜੀਟਲ ਕਰ ਦਾਂਗੇ ਜਿੱਥੇ ਪੜ੍ਹਾਈ ਬੱਚਿਆਂ ਦੇ ਲਈ ਸੌਖੀ ਹੋ ਜੇ ਕਰੋਨਾ ਦੇ ਦੌਰਾਨ ਸਕੂਲ ਬੰਦ ਰਹੇ ਐਜੂਕੇਸ਼ਨ ਦਾ ਬੁਰਾ ਹਾਲ ਰਿਹਾ ਉਮੀਦ ਸੀ ਕਿ ਸਰਕਾਰ ਬਜਟ ਦੇ ਵਿੱਚ ਖਾਸ ਰੱਖ ਸਕਦੀ ਹੈ ਪਰ ਕੁਝ ਨਹੀਂ ਰੱਖਿਆ ਗਿਆ ਹੁਣ ਬੇਕਿਉ ਉਗਰਾਹਾਂ ਜਿੱਥੇ ਦਿਨੇ ਲਾਣ ਕੀਤਾ ਕਿ ਅਸੀਂ ਰੋਸ ਵਜੋਂ ਹਫ਼ਤਾ ਮਨਾਵਾਂਗੇ ਸਕੂਲ ਖੋਲਣ ਦੇ ਲਈ ਜੇਕਰ ਫਿਰ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਇਸ ਨੂੰ ਅਸੀਂ ਸੰਘਰਸ਼ ਦਾ ਰੂਪ ਦਵਾਂਗੇ ਦੇਖੋ ਗੱਲ ਗੁਰਜਿੰਦਰ ਜੀ ਇੱਥੇ ਸ਼ੁਰੂ ਕਰੂੰਗਾ ਭਈ ਜਿਹੜੇ ਪ੍ਰਾਈਵੇਟ ਸਕੂਲ ਖੋਲ ਰਹੇ ਨੇ ਪ੍ਰਾਈਵੇਟ ਕਾਲਜ ਖੋਲ ਰਹੇ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਨੇ ਔਨਲਾਈਨ ਬੱਚਿਆਂ ਦੀ ਪੜ੍ਹਾਈ ਆ ਠੀਕ ਹੈ ਤੁਸੀਂ ਪਹਿਲਾਂ ਤਾਂ ਔਨਲਾਈਨ ਬੱਚਿਆਂ ਦੀ ਪੜ੍ਹਾਈ ਦਾ ਦੇਖੋ ਇੱਕ ਤਾਂ ਫੀਸਾਂ ਭਰ ਰਹੇ ਨੇ ਉਹ ਫੀਸਾਂ ਸਕੂਲ ਲੈ ਰਹੇ ਨੇ ਸਕੂਲ ਕਹਿੰਦੇ ਅਸੀਂ ਘਟੇ ਜਾ ਰਹੇ ਹਾਂ ਕੱਟੇ ਚ ਕਿਵੇਂ ਜਾ ਰਹੇ ਹੋ ਵੀ ਤੂੰ ਜਿਆਦਾ ਤੁਸੀਂ ਸ਼ੋਅ ਕਰੋ ਵੀ ਅਸੀਂ ਬਿਜ਼ਨਸ ਕਰ ਰਹੇ ਹਾਂ ਅਸੀਂ ਕੋਈ ਸਕੂਲ ਮੰਦਰ ਨਹੀਂ ਚਲਾ ਰਹੇ ਵਿਦਿਆ ਮੰਦਰ ਨਹੀਂ ਹੈਗਾ ਅਸੀਂ ਵੱਧ ਤੋਂ ਵੱਧ ਬਿਜ਼ਨਸ ਕਰਨਾ ਤੇ ਬਿਜ਼ਨਸ ਦੇ ਰੂਪ ਵਿੱਚ ਕਾਰੋਬਾਰ ਦੇ ਰੂਪ ਵਿੱਚ ਸਕੂਲਾਂ ਨੂੰ ਲੈ ਕੇ ਆਓ ਠੀਕ ਹੈ ਤੇ ਦੂਜੀ ਗੱਲ ਇੱਕ ਤਾਂ ਫੀਸਾਂ ਭਰੋ ਆਮ ਬੰਦਾ ਫੀਸ ਭਰੇ ਸਕੂਲ ਜਾਣਾ ਨਹੀਂ ਫੀਸ ਭਰੇ ਤੇ ਦੂਜੀ ਗੱਲ ਨਾਲ ਮੋਬਾਈਲ ਸਮਾਰਟਫੋਨ ਵੀ ਹੋਣਾ ਚਾਹੀਦਾ ਉਹ ਵੀ ਖਰੀਦੇ ਮਾਪੇ ਫਿਰ ਨੈਟ ਦਾ ਹਰਚ ਜੀ ਨਹੀਂ ਨਾ ਸੋ ਲੋੜ ਤੇ ਦਾ ਕਲਾਸ ਨਹੀਂ ਲੱਗਦਾ ਮਤਲਬ ਕਿੰਨੇ ਬੱਚੇ ਦਾ ਅਫੋਰਡ ਕਰੇ ਨਹੀਂ ਸਕਦੇ ਨਾ ਉਹੀ ਗੱਲ ਕਰਦਾ ਵਿੱਚ ਗਰੀਬੀ ਦੀ ਗਰੀਬੀ ਦੇ ਅੰਕੜੇ ਕੱਢ ਲਓ ਤੁਸੀਂ ਜੇ ਤੁਸੀਂ ਗਰੀਬੀ ਦੇ ਅੰਕੜੇ ਕੱਢ ਲਓ ਵੀ ਕਿੰਨੇ ਗਰੀਬ ਨੇ ਪੰਜਾਬ 'ਚ ਹਰਿਆਣਾ 'ਚ ਹਿਮਾਚਲ 'ਚ ਜਾਂ ਜਿੰਨੀਆਂ ਵੀ ਸਟੇਜ ਨੇ ਜਿਹੜੇ ਬੱਚੇ ਸਕੂਲ ਦੇ ਵਿੱਚੋਂ ਇਸ ਕਰਕੇ ਕੱਢ ਦਿੱਤੇ ਜਾਂਦੇ ਨੇ ਕਿ 1000 ਰੁਪਏ ਮਹੀਨੇ ਦਾ ਫੀਸਿੰਗ ਦੇ ਸਕਦੇ ਉਹ 20000 ਦਾ ਮੋਬਾਈਲ ਕਿੱਥੋਂ ਲੈਣਗੇ ਮੋਬਾਈਲ ਵੀ ਕਿੱਥੋਂ ਲੈਣਗੇ ਨੈਟ ਦਾ ਖਰਚਾ ਕੌਣ ਭਰੂਗਾ ਉਹਦਾ ਫਿਰ ਪੀਸਾਂ ਲੱਗ ਫਿਰ ਕਿਤਾਬਾਂ ਲੱਗ ਠੀਕ ਹੈ ਉਹ ਉਹ ਚੀਜ਼ਾਂ ਕੌਣ ਪ੍ਰੋਵਾਈਡ ਕਰਵਾਊਗਾ ਇਹਨਾਂ ਨੂੰ ਉਹ ਤਾਂ ਉਹਨਾਂ ਦੇਸ਼ਾਂ ਦੀ ਗੱਲ ਰੀਸ ਉਹਨਾਂ ਦੇਸ਼ਾਂ ਦੀ ਜਿੱਥੇ ਸਾਰਾ ਕੁਝ ਫ੍ਰੀ ਆ ਬਿਲਕੁਲ ਬਾਹਰਲੇ ਦੇਸ਼ਾਂ ਦਾ ਸਿੱਖਿਆ ਪ੍ਰੀ ਆ ਠੀਕ ਹੈ ਉੱਥੇ ਨੈਟ ਵੀ ਬੜੇ ਸਸਤੇ ਨੇ ਉੱਥੇ ਹਾਈ ਸਪੀਡ ਨੈਟ ਨੇ ਸਾਡੇ ਤਾਂ ਲਾਈਟ ਨਹੀਂ ਆਉਂਦੀ ਤੁਸੀਂ ਨੈਟ ਦੀ ਗੱਲ ਕਰਦੇ ਹੋ ਬਿਲਕੁਲ ਪਿੰਡਾਂ ਦੇ ਵਿੱਚ ਲਾਈਟ ਤੱਕ ਨਹੀਂ ਇੱਕ ਬੜੇ ਲੰਮੇ ਲੰਮੇ ਕੱਟਦੇ ਕੋਈ ਫਾਲਟ ਪੈ ਜਾਏ 4 4 6 6 ਘੰਟੇ ਕਫਿਊਜ਼ ਲਾਉਣ ਨੂੰ ਬੰਦਾ ਨਹੀਂ ਆਪੜਦਾ ਹਾਂ ਜੀ ਕੋਈ ট্রান্সਫਾਰਮਰ ਦੇ ਨੇੜੇ ਕੋਈ ট্রান্সਫਾਰਮਰ ਤੋਂ ਕੋਈ ਫਿਊਜ਼ ਉੱਡ ਜੇ ਜਾਂ ਕੁਝ ਹੋ ਜੇ ਚਾਰ-ਚਾਰ 6 ਘੰਟੇ ਆਂਦੀ ਨਹੀਂ ਨਹੀਂ ਰੌਲਾ ਤਾਂ ਇਸ ਗੱਲ ਦਾ ਵੀ ਹੈ ਨਾ ਕਿ ਇੱਕ ਸਕੂਲ ਦੇ ਵਿੱਚ ਚੰਗੇ ਸਕੂਲ ਦੇ ਵਿੱਚ ਵੀ ਜਿਹੜਾ ਕਿਸੇ ਏਰੀਆ ਦਾ ਸਕੂਲ ਹੈ 5-700000 ਬੱਚਾ ਜੋਰ ਲਾ ਕੇ ਹੁੰਦਾ ਉੱਥੇ ਤਾਂ ਕਰੋਨਾ ਦਾ ਡਰ ਹੈ ਜਿਹੜੀਆਂ ਹੁਣ ਰੈਲੀਆਂ ਹੋ ਰਹੀਆਂ ਨੇ ਇਹਦੇ ਤਾਂ ਛੂਟ ਦਿੱਤੀ ਗਈ ਹੈ 500000 ਬੰਦਾ ਇਕੱਠਾ ਕਰ ਸਕਦੇ ਆ ਉੱਥੇ ਕਰੋਨਾ ਨਹੀਂ ਹੈ ਹੋਰ ਕਿੰਨੇ ਫੰਕਸ਼ਨ ਹੋ ਰਹੇ ਨੇ ਉੱਥੇ ਕਰੋਨਾ ਨਹੀਂ ਹੈ ਕਰੋਨਾ ਉਹ ਤਾਂ ਚਲੋ ਛੋੜ ਦਿੱਤੀ ਹੈ ਠੀਕ ਹੈ ਆਪਾਂ ਇਸ ਗੱਲ ਤੇ ਨਹੀਂ ਆਉਂਦੇ ਛੋਟ ਦੇਤੀ ਲੇਕਿਨ ਜਿਹੜੀ ਜਿਹੜਾ ਹੋਰੀਆਂ ਨੇ ਚੋਣ ਰੈਲੀਆਂ ਹੋ ਰਹੀਆਂ ਨੇ ਜਾਂ ਜੋ ਵੀ ਹੋ ਰਿਹਾ ਉਹਨਾਂ ਦੇ ਵਿੱਚ ਦੇਖੋ ਤੁਸੀਂ ਮਾਸਕ ਕਿੰਨੇ ਲੋਕਾਂ ਦੇ ਹੁੰਦਾ ਹੈ ਜੀ ਕਿਹੜੀ ਡਿਸਟੈਂਸ ਦਾ ਉਹ ਰੱਖਦੇ ਨੇ ਵੀ ਹਾਂ 2 ਫੁੱਟ ਦੀ ਦੂਰੀ ਰੱਖਣੀ ਹੈ 4 ਫੁੱਟ ਦੀ ਨਹੀਂ ਪੈਮਾਨਾ ਵੀ ਕੀ ਹੈ ਨਾ ਕਿ ਵੀ ਜੇਕਰ ਕਿਸੇ ਵਿਆਹ ਦਾ ਇਕੱਠ ਹੈ ਭੋਗ ਦਾ ਇਕੱਠ ਹੈ ਰੈਲੀ ਦਾ ਇਕੱਠ ਹੈ ਉੱਥੇ ਕਰੋਨਾ ਨਹੀਂ ਹੋਊਗਾ ਸਕੂਲ 'ਚ ਕਰੋਨਾ ਹੋਊਗਾ ਜੋ ਆ ਇਹ ਡਿਸਾਈਡ ਕਰਦੇ ਨੇ ਕਿਸ ਆਧਾਰ ਤੇ ਡਿਸਾਈਡ ਕਰ ਰਹੇ ਨੇ ਨਾ ਇਹ ਗੱਲ ਉਹੀ ਗੱਲ ਕਰਦੇ ਬੱਚਿਆਂ ਦੀ ਇਹਨਾਂ ਨੂੰ ਸਿੱਖਿਆ ਤੋਂ ਪ੍ਰੋਬਲਮ ਆ ਭਾਰਤ ਦੇ ਜਿਹੜੇ ਪੋਲਿਟਿਸ਼ੀਅਨ ਨੇ ਨਾ ਉਹਨਾਂ ਨੂੰ ਸਿੱਖਿਆ ਤੋਂ ਪ੍ਰੋਬਲਮ ਆ ਜੇ ਇਹ ਪੜਨਗੇ ਲਿਖਣਗੇ ਬੱਚੇ ਖਾਸ ਕਰ ਗਰੀਬਤਾ ਵਰਗਾ ਜੇ ਗਰੀਬਤਾ ਵਰਗਾ ਅੱਗੇ ਆਊਗਾ ਇਹਨਾਂ ਦੀ ਵੋਟ ਕੌਣ ਬਣੂਗਾ ਆ ਜਿਹੜੇ 2000 ਜਾਂ ਆਟਾ ਦਾਲ ਜਾਂ ਫ੍ਰੀ ਸਿਲੰਡਰ ਦੀ ਗੱਲ ਕਰਦੇ 2000 ਰੁਪਏ ਦੇਣ ਦੀ ਗੱਲ ਕਰਦੇ 1000 ਰੁਪਏ ਦੇਣ ਦੀ ਗੱਲ ਕਰਦੇ ਆ ਉਹ ਕੌਣ ਲਊਗਾ ਉਹ ਤਾਂ ਨੌਕਰੀਆਂ ਕਰਨਗੇ ਨੌਕਰੀਆਂ ਕਰਨਗੇ ਕੰਮ ਕਰਨਗੇ ਕੰਮ ਕਰਨਗੇ ਤਾਂ ਇਹਨਾਂ ਨੂੰ ਕੌਣ ਪੁੱਛੂਗਾ ਫਿਰ ਇਹਨਾਂ ਨੂੰ ਵੋਟ ਫਿਰ ਇਹਨਾਂ ਨੂੰ ਸਵਾਲ ਪੁੱਛਣਗੇ ਲੋਕ ਸਵਾਲ ਖੜੇ ਕਰਨਗੇ ਪੁੱਛੇ ਤਾਂ ਹੁਣ ਵੀ ਰਹੇ ਨੇ ਪਰ ਸਵਾਲ ਖੜੇ ਕਰਨਗੇ ਬੇਰਜਕਾਰੀ ਇਸੇ ਕਰਕੇ ਹੋਊਗੀ ਜੇ ਪੜਨਗੇ ਇਸ ਕਰਕੇ ਪੜ੍ਹਾਈ ਯੂਰੋ ਕਦੋਂ ਸਿੱਖਿਆ ਦਾ ਹੀ ਪਠਾ ਪਟਾਇਆ ਹੋਇਆ ਇਹਨਾਂ ਨੇ ਅੱਜ ਦਾ ਥੋੜੀ ਪਠਾ ਪਿਛਲੇ 30 40 ਦੀ 40 50 ਸਾਲ ਹੀ ਕਹ ਦੋ ਲੰਮੇ ਪ੍ਰੋਸੈਸ ਚ ਆ ਰਹੀ ਹੈ ਸਿੱਖਿਆ ਨੂੰ ਕੌਣ ਦਿੰਦਾ ਫੰਡ ਕਿਹੜਾ ਹੈ ਕਿਤਾਬਾਂ ਕਹਿੰਦੇ ਫ੍ਰੀ ਨੇ ਜੀ ਕਿ ਕਦੋਂ ਆਂਦੀਆਂ ਨੇ ਕਿਤਾਬਾਂ ਸਾਰਾ ਸਾਲ ਰੋੜਦੇ ਰਹਿੰਦੇ ਨੇ ਬੱਚੇ ਕਿਹੜੇ ਫਰੀ ਕਿਤਾਬਾਂ ਦਿੰਦੇ ਨੇ ਵਜੀਫੇ ਖਾ ਕੇ ਲੀਟਰ ਤਾਂ ਹਾਂ ਵਜੀਫੇ ਖਾ ਕੇ ਜਿਹੜਾ ਉਗਰਾਹਾ ਗਰੁੱਪ ਨੇ ਜਿਹੜਾ ਫੈਸਲਾ ਲਿਆ ਹੈ ਮੇਰੇ ਖਿਆਲ ਸਿੱਖਿਆ ਦੇ ਲੈਵਲ ਦੇ ਉੱਚਾ ਤੱਕਣ ਦੇ ਲਈ ਬੜਾ ਵਧੀਆ ਹੈਗਾ ਤੇ ਇਹ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਸਿੱਖਿਆ ਔਰ ਸਿਹਤ ਦੋ ਚੀਜ਼ਾਂ ਤਾਂ ਹੈਗੀਆਂ ਨੇ ਨਾ ਜੀ ਦੋਨੋਂ ਚੀਜ਼ਾਂ ਲੜਿੰਦੀਆਂ ਨੇ ਹਰੇਕ ਘਰ ਚ ਲੜਿੰਦੀਆਂ ਨੇ ਬਿਲਕੁਲ ਤੇ ਉਹਦੇ ਲਈ ਮੇਰੇ ਖਿਆਲ ਜਿੱਦਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਡਾ ਵੱਧ ਤੋਂ ਵੱਧ ਸਾਥ ਦੋ ਤਹਿਸੀਲ ਪੱਧਰ ਤੇ ਵੀ ਉਹ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਨੇ ਤੇ ਉਹ ਮੇਰੇ ਖਿਆਲ ਜੁੜਨਾ ਚਾਹੀਦਾ ਹਰ ਇੱਕ ਪਰਿਵਾਰ ਨੂੰ ਜੁੜਨਾ ਚਾਹੀਦਾ ਇਸ ਮਹੱਤਵ ਦਾ ਜਿਵੇਂ ਜਨ ਅੰਦੋਲਨ ਉਹ ਸੀਗਾ ਇਹ ਸਭ ਤੋਂ ਜ਼ਰੂਰੀ ਹੈ ਜ਼ਰੂਰੀ ਹੈ ਇਹਦੇ ਨਾਲ ਖੇਤੀਬਾੜੀ ਸੁਧਰੂਗੀ ਇਹਦੇ ਨਾਲ ਹੀ ਕਾਰੋਬਾਰ ਸੁਧਰਨਗੇ ਇਹਦੇ ਨਾਲ ਹੀ ਰੋਜ਼ਗਾਰ ਦੇਖੋ ਬੁਨਿਆਦ ਤਾਂ ਐਜੂਕੇਸ਼ਨ ਹੈ ਨਾ ਹਾਂ ਉਹ ਤੁਹਾਡਾ ਮੋਡਲ ਅਧਿਕਾਰ ਹੈ ਇਹ ਮੋਡਲ ਅਧਿਕਾਰ ਹੈ ਤੁਹਾਨੂੰ ਵੰਡਿਆ ਰੱਖਿਆ ਜਾ ਰਿਹਾ ਹੈ ਜੀ ਤੇ ਇਸ ਗੱਲ ਨੂੰ ਸਮਝਣ ਵਾਸਤੇ ਲੋਕਾਂ ਨੂੰ ਉੱਥੇ ਮੇਰੇ ਖਿਆਲ ਨਾਲ ਵਧੀਆ ਇਹ ਗਰਾਹਾ ਗਰੁੱਪ ਨੂੰ ਵੀ ਅਪੀਲ ਹੈ ਕਿ ਵਧੀਆ ਬੁਲਾਰੇ ਬਲਾ ਕੇ ਯੂਨੀਵਰਸਟੀਆਂ ਦੇ ਵਿੱਚੋਂ ਰਿਟਾਇਰ ਪ੍ਰੋਫੈਸਰ ਬਲਾ ਕੇ ਸਿੱਖਿਆ ਦੇ ਉੱਤੇ ਲੈਕਚਰ ਕਰਾਏ ਜਾਣ ਲੋਕਾਂ ਦੇ ਇਕੱਠ ਕਰਕੇ ਪਿੰਡਾਂ ਦੇ ਇਕੱਠ ਕਰਕੇ ਇਹਨਾਂ ਕੋਲ ਤਾਂ ਜਨ ਸਭਾ ਅਮਾ ਜਨ ਲੋਕਾਂ ਦੇ ਇਕੱਠ ਹੈਗੇ ਨਾ ਇਹਨਾਂ ਦੀ ਆਵਾਜ਼ ਸੁਣੀ ਵੀ ਜਾਂਦੀ ਥੋੜੀ ਵੀ ਜਾਂਦੀ ਆ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਜਿਹੜੇ ਪੜਦੇ ਨੇ ਬੱਚੇ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਤੁਹਾਨੂੰ ਸਿੱਖਿਆ ਦੀ ਲੋੜ ਹੈ ਤੁਸੀਂ ਕਿਤਾਬਾਂ ਨਾਲ ਜੁੜੋ ਮੋਬਾਈਲਾਂ ਨੂੰ ਛੋਟੋਂ ਬਾਹਰ ਜੀ ਬਿਲਕੁਲ ਜੀ ਜੀ ਸ਼ੁਕਰੀਆ ਪਰਮਿੰਦਰ ਜੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਦੋਸਤੋ ਪਹਿਨ ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏ ਬਰਾਜ ਦੇ ਮੁਖ ਖਬਰਾਂ ਤੇ ਵਿਚਾਰ ਚਰਤਾ ਕੀਤੀ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣਾ ਚੈਨਲ ਪੰਜਾਬੀ ਤੇ ਧੰਨਵਾਦ